ਐਕਸਾਈਟਮੈਂਟ ਮੈਨੂੰ ਪੂਰੀ ਨਜ਼ਰ ਆ ਰਹੀ ਤੁਹਾਡੀ ਫੇਸ ਤੇ ਐਕਸਾਈਟਮੈਂਟ ਨਹੀਂ ਖੁਸ਼ੀ ਹੈ ਬਸ ਪਿਆਰ ਦੇ ਰਿਹਾ ਸਾਰੇ ਯਾ ਫਿਲਮ ਦਾ ਹਾਲਾਤ ਮਾਹੌਲ ਦੇਖ ਕੇ ਤਾਂ ਲੱਗਦਾ ਕਿ ਲੋਕੀ ਤਾਂ ਕਮਲੇ ਹੋ ਪਏ ਨੇ ਨਹੀਂ ਨਹੀਂ ਵਧੀਆ ਠੀਕ ਵਧੀਆ ਲੱਗੀ ਠੀਕ ਠੀਕ ਲੱਗੀ ਮੈਨੂੰ ਸਭ ਤੋਂ ਵਧੀਆ ਕੀ ਲੱਗਾ ਕਲਾਈਮੈਟ ਤੁਸੀਂ ਤਾਂ ਜਮਾਂਦਰੂ ਐਸਪੀ ਲੱਗਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਮ ਵੈਰੀ ਬਲੈਸਡ ਸ਼ੁਕਰੀਆ ਬਾਈ ਗੁਰਦਾ ਜੀ ਨਾ ਨਵਨੀਤ ਜੀ ਫਿਲਮ ਕਿਸਾਂ ਦੀ ਲੱਗੀ ਬਹੁਤ ਵਧੀਆ ਬਹੁਤ ਵਧੀਆ ਮੂਵੀ ਸੀਗੀ ਬਹੁਤ ਜ਼ਿਆਦਾ ਵਧੀਆ ਸੀ ਇਮੋਸ਼ਨਲ ਸੀਗੀ ਬਾਅਦ ਚ ਜਦੋਂ फिल्म पलटी गई ना जदों काफ़ी इमोशनल सीगा मतलब बहुत सोहनी मूवी मैम बहुत वधिया मन भाई ना जिन्नी बार भी मैं काम करता मैनू मेरे एक्सपीरियंस उन्होंने बहुत वधिया रहिंदे सच्ची मैं बहुत ज़्यादा धन्यवादी हाँ फिल्म के डायरैक्टर मानो चार्ज उन्हों का जिन्होंने वाकई ही वो कहें कि असं बहुत आर्टिस्टों को मिले है ना तो कहें कि जो भी कहते कि मैं स्क्रिप्ट पढ़ता सीगा सब तो पहला मैं थोड़ा ही चेहरा आता सीगा इस करैक्टर वास्ते काम करके हमेशा मैं वधिया लगता क्योंकि इस तरह चार चीज़ा सीखने भी मिलती हैं और जो तुम करैक्टर करते हो कुछ कर फिर वो चीज़ भी निकल के आती है कौन चीज़ें सब तो ज़्यादा अट्रैक्ट की सरदार जी में रोल है बहुत बेस्ट बहुत ਐਕਸਾਈਟਮੈਂਟ ਮੈਨੂੰ ਪੂਰੀ ਨਜ਼ਰ ਆ ਰਹੀ ਤੁਹਾਡੀ ਫੇਸ ਤੇ ਐਕਸਾਈਟਮੈਂਟ ਨਹੀਂ ਖੁਸ਼ੀ ਹੈ ਬਸ ਪਿਆਰ ਦੇ ਰਿਹਾ ਸਾਰੇ ਖੁਸ਼ੀ ਯਾ ਯਾ ਸਾਡੇ ਜਿਹੜਾ ਪਹਿਲਾਂ ਤਾਂ ਆਪਣਾ ਨਾਮ ਸਾਡੇ ਦੱਸ ਸਾਨੂੰ ਦੱਸੋ ਰਾਹੁਲ ਜੁਗਰਾ ਇਸ ਵਕਤ ਅਸੀਂ ਗੱਲਬਾਤ ਕਰ ਰਹੇ ਹਾਂ ਰਾਹੁਲ ਜੀ ਨਾਲ ਜਿਨ੍ਹਾਂ ਨੇ ਫਿਲਮ ਦੀ ਸ਼ੁਰੂਆਤ ਕੀਤੀ ਸੀ ਔਰ ਸ਼ੁਰੂਆਤ ਵਿੱਚ ਹੀ ਲੋਕਾਂ ਦਾ ਦਿਲ ਜਿੱਤ ਲਿਆ ਸੀ ਮਜ਼ਾ ਆ ਗਿਆ ਤੁਹਾਡੀ ਸ਼ੁਰੂਆਤ ਦੇਖ ਕੇ ਔਰ ਤੁਹਾਡਾ ਕੈਰੈਕਟਰ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਇਸ ਫਿਲਮ ਦੇ ਵਿੱਚ ਕੰਮ ਕਰਕੇ मैम बहुत वधिया मन बाई ना जिन्नी बार भी मैं काम करता मैनू मेरे एक्सपीरियंस उन्होंने बहुत वधिया रहिंदे आ वो कहना लट टू सिकंदर टू 500 मीटर जिहड़ा वड खाना वायरल होया भाई बाई का ही डिजाइन किया डायरैक्टर से कुलर वीर का लिखा हुआ बाई ने डायरैक्ट किया काम करके हमेशा मैं वधिया लगता क्योंकि एक तो चार चीज़ा सीखने भी मिलती हैं और जो तुम करैक्टर करते हो कुछ कर फिर वो चीज़ भी निकल के आती है ਨਹੀਂ ਰਾਹੁਲ ਜੀ ਤੁਹਾਡੇ ਜੋ ਕੈਰੈਕਟਰ ਦੇ ਵਿੱਚ ਜੌਲੀ ਪੁਣਾ ਸੀਗਾ ਮਤਲਬ ਇੱਕ ਅੜਪ ਹੋ ਕੇ ਬੰਦੇ ਨੂੰ ਮਸਤੀ ਕਰ ਜਾਣਾ ਉਹ ਸਭ ਤੋਂ ਜ਼ਿਆਦਾ ਦਿਲ ਜਿੱਤਣ ਵਾਲਾ ਸੀ ਬਹੁਤ ਪਸੰਦ ਕੀਤਾ ਗਿਆ ਕੈਰੈਕਟਰ ਔਰ ਸ਼ਰਦੀ ਕਲਾ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਸੀਂ ਇਸ ਤਰ੍ਹਾਂ ਤੁਸੀਂ ਤਰੱਕੀ ਕਰਦੇ ਰਹੋ ਧੰਨਵਾਦ ਵਧੀਆ ਲੱਗੀ ਲੇਕਿਨ ਤੁਸੀਂ ਬੜਾ ਹਲਕਾ ਜਿਹਾ ਕਹਿ ਰਹੇ ਹੋ ਵਧੀਆ ਲੱਗੀ ਜਿਵੇਂ ਕਿ ਬਹੁਤ ਹਲਕੀ ਵਧੀਆ ਲੱਗੀ ਜਦੋਂ ਕਿ ਫਿਲਮ ਦਾ ਹਾਲਾਤ ਮਾਹੌਲ ਦੇਖ ਕੇ ਤਾਂ ਲੱਗਦਾ ਕਿ ਲੋਕੀ ਤਾਂ ਕਮਲੇ ਹੋ ਪਏ ਨੇ ਨਹੀਂ ਨਹੀਂ ਵਧੀਆ ਠੀਕ ਵਧੀਆ ਲੱਗੀ ਠੀਕ ਠੀਕ ਲੱਗੀ ਮੈਨੂੰ ਸਭ ਤੋਂ ਵਧੀਆ ਕੀ ਲੱਗਾ ਕਲਾਈਮੈਕਸ ਗ੍ਰੇਟ ਔਰ ਇੰਨੇ ਕੈਰੈਕਟਰਸ ਸੀ ਫਿਲਮ ਦੇ ਵਿੱਚ ਔਰ ਸਭ ਤੋਂ ਵਧੀਆ ਕੈਰੈਕਟਰ ਕਿਹੜਾ ਲੱਗਾ ਚੀਮੇ ਦਾ ਬੋਡੀ ਵਾਈਜ਼ ਡਾਇਲੋਗ ਡਿਲੀਵਰੀ ਉਹ ਕੈਂਟ ਉਹ ਖਰਾ ਸੋਹਣਾ ਬੜੇ ਟਾਈਮ ਤੋਂ ਕੰਮ ਕਰ ਰਿਹਾ ਅੱਜ ਦੁਨੀਆ ਦੇ ਸਾਹਮਣੇ ਦਿਖ ਰਿਹਾ ਨਿਖਰ ਰਿਹਾ ਮੁੰਡਾ ਹੈ ਨਾ ਚਲੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਫਿਲਮ ਦੇਖੀ ਫਿਲਮ ਦੇਖਣ ਦੇ ਵਿੱਚ ਜਿਹੜਾ ਇੱਕ ਕਰੈਕਟਰ ਮੇਰੇ ਸਾਹਮਣੇ ਆਇਆ ਐਸ ਪੀ ਦਾ ਜਦੋਂ ਮੈਂ ਕਰੈਕਟਰ ਮੇਰੇ ਸਾਹਮਣੇ ਆਇਆ ਨਾ ਮੈਂ ਕਿਹਾ ਬੰਦਾ ਕਿੱਥੋਂ ਚੁਣਿਆ ਤੁਸੀਂ ਤਾਂ ਜਮਾਂਦਰੂ ਐਸ ਪੀ ਲੱਗਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਐਮ ਵੈਰੀ ਬਲੈਸਡ ਸ਼ੁਕਰੀਆ ਵਾਹਿਗੁਰੂ ਜੀ ਆਈ ਐਮ ਟੈਲਿੰਗ ਯੂ ਟਰੁਥ ਫਿਲਮ ਦੇ ਵਿੱਚ ਜਦੋਂ ਪਹਿਲੀ ਵਾਰ ਤੁਹਾਨੂੰ ਮੈਂ ਦੇਖਿਆ ਨਾ ਮੈਂ ਕਿਹਾ ਯਾਰ ਸਭ ਤੋਂ ਬੈਸਟ ਪਰਸਨੈਲਿਟੀ ਔਰ ਜਿਵੇਂ ਕਿ ਮੈਨੂੰ ਐਂ ਲੱਗ ਰਿਹਾ ਸੀ ਕਿ ਤੁਸੀਂ ਇਸ ਇਸ ਕਰੈਕਟਰ ਵਾਸਤੇ ਕੋਈ ਹੋਰ ਬੰਦਾ ਚੁਣਿਆ ਹੀ ਨਹੀਂ ਜਾ ਸਕਦਾ ਇਹ ਮੈਂ ਸੱਚੀ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਫਿਲਮ ਦੇ ਡਾਇਰੈਕਟਰ ਮਾਨੋ ਚਾਰਜ ਉਹਨਾਂ ਦਾ ਜਿਨ੍ਹਾਂ ਨੇ ਵਾਕਈ ਹੀ ਉਹ ਕਹਿੰਦੇ ਕਿ ਅਸੀਂ ਬਹੁਤ ਆਰਟਿਸਟਾਂ ਨੂੰ ਮਿਲੇ ਹੈ ਨਾ ਅਤੇ ਉਹ ਕਹਿੰਦੇ ਕਿ ਜਦੋਂ ਵੀ ਕਹਿੰਦੇ ਕਿ ਮੈਂ ਸਕ੍ਰਿਪਟ ਪੜ੍ਹਦਾ ਸੀਗਾ ਸਭ ਤੋਂ ਪਹਿਲਾਂ ਮੈਨੂੰ ਤੁਹਾਡਾ ਹੀ ਚਿਹਰਾ ਆਉਂਦਾ ਸੀਗਾ ਇਸ ਕਰੈਕਟਰ ਵਾਸਤੇ ਐਪਰੀਸ਼ੀਏਟਿਵ ਹਾਂਜੀ ਥੈਂਕ ਯੂ ਰੀਅਲੀ ਨਹੀਂ ਸਰ ਜਦੋਂ ਤੁਹਾਨੂੰ ਤੁਸੀਂ ਪਹਿਲਾਂ ਵੀ ਮੂਵੀਜ਼ ਕੀਤੀਆਂ ਹੋਣੀਆਂ ਕੁਝ ਫਿਲਮਾਂ ਦੇ ਨਾਮ ਦੱਸੋ ਮੇਰੀ 25 ਕਿੱਲੇ ਆਈ ਹੈ ਮੈਂ ਵਨ ਆਫ ਲੀਡ ਸੀਗਾ ਗੁੱਗੂ ਭਾਈ ਤੋਂ ਛੋਟਾ ਢੋਲ ਰੱਤੀ ਫਿਲਮ ਆਈ ਸੀ ਮੈਂ ਉਹਦਾ ਹੀਰੋ ਸੀਗਾ 31 ਅਕਤੂਬਰ ਹਿੰਦੀ ਫਿਲਮ ਬਾਲੀਵੁੱਡ ਮੂਵੀ ਵਨ ਆਫ ਲੀਡ ਸੀਗਾ ਉਹਦਾ ਮੈਂ ਆਪੇ ਫੈਨ ਸੀ ਆਪੇ ਢੋਲ ਰੱਤੀ ਫਿਲਮ ਆਈ ਸੀਗੀ ਮਿੱਟੀ ਨਾਲ ਫਰੋਲ ਜੋ ਗਿਆ ਬਹੁਤ ਕਾਫੀ ਫਿਲਮਾਂ ਨੇ 15 ਤੋਂ 20 ਫਿਲਮਾਂ ਨੇ ਹਿੰਦੀ ਅਤੇ ਪੰਜਾਬੀ ਜਿਹੜੀਆਂ ਮੈਂ ਕਰ ਲਈਆਂ ਨੇ ਫਿਲਮ ਦਾ ਨਾਮ ਹੈ ਖਿਡਾਰੀ ਔਰ ਕਾਫੀ ਖੇਡਾਂ ਚੱਲ ਰਹੀਆਂ ਸੀ ਇੱਕ ਤਾਂ ਖੇਡ ਹੀ ਚੱਲ ਰਹੀ ਸੀ ਇੱਕ ਬੰਦਿਆਂ ਦੀਆਂ ਖੇਡਾਂ ਲਾਈਫ ਵਿੱਚ ਇਸ ਤਰ੍ਹਾਂ ਦੇ ਖੇਲ ਇੱਕ ਦੂਜੇ ਨਾਲ ਕੌਨਸਪੀਰੇਸੀਸ ਪਰ ਜਿਹੜੀ ਕੌਨਸਪੀਰੇਸੀ ਸੀ ਤੁਹਾਡੇ ਅੰਦਰ ਚੱਲ ਰਹੀ ਸੀ ਬੰਦਾ ਫੜਨ ਦੀ ਉਹ ਲਾਸਟ ਵਿੱਚ ਮੈਂ ਕਿਹਾ ਬੰਦੇ ਨੇ ਕਰਤੀ ਕਮਾਲ ਇਹ ਸਾਰਾ ਜੇ ਵੇਖੀਏ ਆਪਾਂ ਨਾ ਜੀ ਇਹ ਡਾਇਰੈਕਟਰ ਦਾ ਰਾਈਟਰ ਦਾ ਕਮਾਲ ਹੁੰਦਾ ਸਕਰੀਨ ਪਲੇ ਦਾ ਕਮਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੈਸਟ ਕਰੀਏ ਤਦ ਕਿਸ ਤਰ੍ਹਾਂ ਲੱਗ ਰਿਹਾ ਇਸ ਵਕਤ ਦੇਖੋ ਤੁਸੀਂ ਇੰਨੀਆਂ ਫਿਲਮਾਂ ਕੀਤੀਆਂ ਬਟ ਮੈਨੂੰ ਐਂ ਲੱਗਦਾ ਕਿ ਵੀ ਇਹ ਫਿਲਮ ਤੁਹਾਡੇ ਲਈ ਇੱਕ ਕਹਿੰਦੇ ਨਾ ਜਾਦੂਈ ਚਿਰਾਗ ਸਾਬਤ ਹੋਊਗੀ ਨਹੀਂ ਨਹੀਂ ਬਿਲਕੁਲ ਬਿਲਕੁਲ ਦੇਖੋ ਮੈਨੂੰ ਆਪਣੀ ਹਰ ਫਿਲਮ ਤੋਂ ਹੀ ਆਸਾਂ ਉਮੀਦਾਂ ਹੁੰਦੀਆਂ ਨੇ ਜਿਵੇਂ ਮੈਨੂੰ ਆਪਣੀ 31 ਅਕਤੂਬਰ ਤੁਸੀਂ ਜੇ ਹਿੰਦੀ ਫਿਲਮ ਵੇਖੋਗੇ ਮੇਰੀ ਵਿੱਚ ਸੋਹਾਲੀ ਖਾਨ ਬਾਲੀਵੁੱਡ ਫਿਲਮ ਸੀਗੀ ਉਹਦੇ ਵਿੱਚ ਵੀ ਤੁਸੀਂ ਮੇਰਾ ਕਿਰਦਾਰ ਵੇਖੋਗੇ 25 ਕਿੱਲੇ ਵੇਖੋਗੇ ਜਦੋਂ
मिट्टी ना फरोल जोगी आई थी उस तरह ही उस मियार की फिल्म ही मैं मिली। गुरनाम भुल्लर जी ने काम करके किमें लगा? हाँ बहुत बढ़िया। किस तरह के इंसान है? बड़ा बढ़िया बीबा बोल रहे हैं। सो स्वीट एंड स्माइल बहुत सोनी है। गॉड ब्लेस यू, बाय गुरु जी, सत श्री अकाल, थैंक यू वेरी मच। और इस खिडारी फिल्म दे विच मैं कहनी है कि जिन्हें भी दर्शक फिल्म देख रहे थे सब लोग इमोशनल सी। और इस वक्त असं गल करांगे असं अपने मैडम तुहाड़ा नाम नवनीत कौर, नवनीत कौर जी नाल। नवनीत जी फिल्म किस तरह की लगी? बहुत वधिया मूवी सी, बहुत ज़्यादा वधिया सी, इमोशनल सी। बाद जो फिल्म पलटी गई ना जदों उदों काफ़ी इमोशनल सी, मतलब बहुत सोहनी मूवी है। फिल्म दे विच सब तो वधिया चीज़ की लगी? देखो किन्ने कॉन्सैप्ट चल रहे सी भरावां दी गेम, मेन जो खिडारी जिदा जिहड़ा मेन कॉन्सैप्ट है वह है, प्लस एक लड़की की अलग स्टोरी चलती पी, तुहानूं किहड़ी चीज़ ने सब तो ज़्यादा अट्रैक्ट किया? सरदार जिम्मे दे रोल ने बहुत बेस्ट सीगा, बहुत गुड सीगा। एंड मैं दस दिनी हूँ प्रमोशन भी फिल्म की मेरे वालों ही हुई है, इंस्टाग्राम पे या डीसी प्रोडक्शन के नाम तो। ओके दस सीट मैम तुहानूं किवें लगी? बहुत वधिया, बहुत वधिया कैंट सी, पूरी कंसैप्ट ही अलग सीगा, सारा कुछ ही सीगा, उहदे च ड्रामा भी सी, रोमांस भी सी, एक इन्हां ने एक जज्बा दिखाया गेम नूं लै के ते बदले नूं लै के, बहुत कैंट सी, भरावां दा जिहड़ा प्यार सी, बस वधिया सी गेम, बहुत कैंट सी, फिल्म देख चुके हैं। और मैं तुहानूं दस्सां ये फिल्म बच्चे नूं देखनी चाहिए। इस फिल्म दे विच तुहानूं इन्ना प्यार, इन्ना इमोशंस, कोई कमी नहीं है। और अगर मैं पर्सनल रिव्यू की गल करा इस फिल्म लई तां 5/5 स्टार, बहुत वधिया फिल्म है। तुसीं सब लोग, मैं दर्शकों नूं सब नूं कहूँगी कि ये फिल्म ज़रूर अपने परिवार नाल आके देखो। और इस फिल्म विच जो भी मैसेज दिता जा रहा, जो जो कहा जा रहा, उन्हें दिल नाल सुनो ते अमल करो। बहुत बहुत धन्यवाद। चढ़दी कला टाइम टीवी तो पूनम सिंह, कैमरामैन दुष्मिंदर, थैंक यू।